ਵੀ ਜਦੋਂ ਕੋਈ ਪਹਿਲਵਾਨ ਹਾਰ ਜੇ ਨਾ ਫਿਰ ਉਹ ਥੱਪੜੋ ਥੱਪੜੀ 'ਤੇ ਆ ਜਾਂਦਾ, ਫਿਰ ਉਹ ਗਾਲੋ ਗਾਲੀ 'ਤੇ ਆ ਜਾਂਦਾ। ਉਹ ਗੱਲ ਇਹਨਾਂ ਦੀ ਹੋਈ ਹੋਈ ਆ, ਗੱਲ ਇਹਨਾਂ ਨੂੰ ਕੋਈ ਆਉਂਦੀ ਨਹੀਂ, ਠੀਕ ਹੈ ਨਾ। ਮੈਨੂੰ ਨੋਟਿਸ ਜਾਰੀ ਕਰੋ, ਮੈਂ ਇੱਕ ਵਾਲੀ ਫਲਾਈਟ ਫੜੂੰ, ਮੈਂ ਤਿੰਨ ਵਾਲੀ ਫੜੂੰ, ਸਾਰੇ ਨੋਟਿਸ ਵੀ ਆ ਜਾਣਗੇ। ਰੋਪੜ ਜ਼ਿਲ੍ਹੇ ਦੇ ਵਿੱਚ ਹੀ ਅੰਸਾਰੀ ਦੇ ਬੇਟੇ ਅਤੇ ਅੰਸਾਰੀ ਦੇ ਭਤੀਜੇ ਦੇ ਨਾਂ 'ਤੇ ਵਕਫ ਬੋਰਡ ਦੀ ਜ਼ਮੀਨ ਹੈ। ਖਤਮ। ਮੈਨੂੰ ਕਹਿੰਦੇ ਤੁਹਾਨੂੰ ਸਰਕਾਰ ਨਹੀਂ ਚਲਾਉਣੀ ਹੁੰਦੀ, ਐਂ ਸਰਕਾਰਾਂ ਚੱਲਦੀਆਂ ਹੁੰਦੀਆਂ ਫਿਰ ਜਿਹੜੀਆਂ ਇਹਨਾਂ ਦੀਆਂ। ਨਾ ਮੁੱਖ ਮੰਤਰੀ ਨੂੰ ਪਤਾ ਕੌਣ ਹੈ, ਨਾ ਜੇਲ੍ਹ ਮੰਤਰੀ ਨੂੰ ਪਤਾ ਕੌਣ ਹੈ, ਕੋਈ ਵੀ ਆਈ ਗਿਆ ਜੇਲ੍ਹ 'ਚ, ਕੋਈ ਵੀ ਜਾਈ ਗਿਆ। ਜਿੱਥੋਂ ਤੱਕ ਅੰਸਾਰੀ ਵਾਲਾ ਸਵਾਲ, ਇਹ ਤਾਂ ਹੁਣ ਜੱਗ ਜ਼ਾਹਰ ਹੈ ਕਿ ਉਹ ਪੌਣੇ ਦੋ ਸਾਲ ਦੇ ਲਗਭਗ ਦੋ ਸਾਲ ਦੇ ਲਗਭਗ ਰੋਪੜ ਜੇਲ੍ਹ 'ਚ ਰਿਹਾ, ਅਤੇ ਉਸ ਕੇਸ ਦਾ ਵੀ ਨਹੀਂ ਪਤਾ ਜਿਹੜੇ ਕੇਸ 'ਚ ਰੱਖਿਆ ਸੀ। ਕੇਸ 'ਚ ਕਿਹੜੇ 'ਚ ਰੱਖਿਆ ਸੀ? ਕੋਈ ਕੇਸ ਨਹੀਂ ਸੀ। ਉੱਥੇ ਇੱਕ MLA MP ਕੋਰਟ ਹੈ UP 'ਚ, ਉਹਦੇ ਵਿੱਚ ਉਹਦਾ ਕੇਸ ਲੱਗ ਗਿਆ। ਉਹ 2 ਮਹੀਨੇ 3 ਮਹੀਨਿਆਂ 'ਚ ਉਹਨੂੰ ਸਜ਼ਾ ਹੋ ਜਾਣੀ ਸੀ। ਅਤੇ ਇਹ ਅੰਸਾਰੀ ਜਿਹੜਾ, ਇਹਨੇ ਪੰਜਾਬ ਸਰਕਾਰ ਨਾਲ ਸੰਪਰਕ ਕੀਤਾ। ਪੰਜਾਬ ਸਰਕਾਰ ਨਾਲ ਸੰਪਰਕ ਕਿਹੜੇ ਚੈਨਲ ਤੋਂ ਕੀਤਾ? ਕੈਪਟਨ ਸਾਹਿਬ ਨੂੰ ਮੈਂ ਦੱਸ ਦੇਣਾ ਚਾਹੁੰਦਾ। ਉਹ ਕਹਿੰਦੇ ਮੈਂ ਜ਼ਿੰਦਗੀ 'ਚ ਕਦੇ ਮਿਲਿਆ ਨਹੀਂ। ਰਣਿੰਦਰ ਨੂੰ ਪੁੱਛ ਲਿਓ, ਤੁਹਾਡੇ ਬੇਟੇ ਨੂੰ ਪੁੱਛ ਲਿਓ ਵੀ ਉਹ ਕਿੰਨੀ ਕੁ ਵਾਰੀ ਮਿਲਿਆ ਜ਼ਿੰਦਗੀ 'ਚ। ਸੰਪਰਕ ਕਰਕੇ ਇੱਕ ਇੱਥੇ ਥਰੈਟ ਦੀ FIR ਕਰਾ ਕੇ ਉਹਨੂੰ ਲੈ ਆਏ, ਇੱਥੇ ਲੈ ਆਏ ਜੀ। ਉਹਦੀ ਸੇਵਾ ਸ਼ੁਰੂ ਹੋ ਗਈ। ਘੱਟੋ ਘੱਟ 25 ਵਾਰ ਤੋਂ ਵੱਧ UP ਪੁਲਿਸ ਨੇ ਕਿਹਾ ਸਾਡਾ ਬੰਦਾ ਸਾਨੂੰ ਦੇ ਦਿਓ। ਕਦੇ ਕਹਿੰਦੇ ਰੀੜ ਦੀ ਹੱਡੀ ਠੀਕ ਹੈਗੀ, ਕਦੇ ਕਹਿੰਦੇ ਸਰਵਾਈਕਲ ਦੀ ਪ੍ਰੋਬਲਮ ਹੈ, ਟਰੈਵਲ ਨਹੀਂ ਕਰ ਸਕਦਾ। 25 ਦੀਆਂ 25 ਚਿੱਠੀਆਂ 'ਚ ਜਵਾਬ ਦਿੱਤਾ ਮੈਸੇਜ ਦਿੰਦੇ ਨੂੰ। ਉਹਦੀ ਸੇਵਾ ਚੱਲ ਰਹੀ ਸੀ, ਉਹਦੀ ਵਾਈਫ ਆ ਕੇ 2 ਮਹੀਨੇ ਇੱਥੇ ਰਹਿੰਦੀ ਸੀ, ਜੇਲ੍ਹ ਦੇ ਮੰਗਲੇ ਪਾਸੇ ਕੋਠੀ ਲੈ ਲਈ ਸੀ, ਠੀਕ ਹੈ ਜੀ। ਫਿਰ UP ਪੁਲਿਸ ਗਈ ਸੁਪਰੀਮ ਕੋਰਟ 'ਚ, ਸੁਪਰੀਮ ਕੋਰਟ ਨੂੰ ਕਿਹਾ ਉਹਨਾਂ ਨੇ ਕਿ ਸਾਨੂੰ ਬੰਦਾ ਨਹੀਂ ਦਿੰਦੇ ਜੀ ਪੰਜਾਬ ਪੁਲਿਸ ਵਾਲੇ, ਸਾਡਾ ਬੰਦਾ ਜੀ, ਉਹਦੇ ਕੇਸ ਚੱਲਦੇ ਨੇ। ਇਸ ਗੱਲ ਨੂੰ, ਇਸ ਕੇਸ ਨੂੰ ਲੜਨ ਲਈ ਵਕੀਲ ਕੀਤੇ ਗਏ ਕਿ ਆਪਾਂ ਦੇਣਾ ਨਹੀਂ ਬੰਦਾ ਹੈ। ਵਕੀਲਾਂ ਦੀ ਫੀਸ ਬਣ ਗਈ 55 ਲੱਖ। ਉਹ 55 ਇਨ ਦਾ ਮੀਨ ਟਾਈਮ ਇਹਨਾਂ ਦੀ ਸਰਕਾਰ ਬਦਲ ਗਈ। 55 ਲੱਖ ਰੁਪਏ ਦਾ ਬਿੱਲ ਤਾਂ ਮੇਰੇ ਕੋਲ ਹੀ ਆਊਗਾ ਨਾ, ਜਦੋਂ ਮੇਰੇ ਕੋਲ 55 ਲੱਖ ਦਾ ਬਿੱਲ ਆਇਆ। ਵਕੀਲਾਂ ਦੇ ਪੈਸੇ ਤਾਂ ਸਾਨੂੰ ਦੇਣੇ ਪੈਣਗੇ ਨਾ, ਠੀਕ ਹੈ ਨਾ। ਮੈਂ ਕਿਹਾ ਵੀ ਇਹ 55 ਲੱਖ ਆਪਾਂ ਖਜ਼ਾਨੇ 'ਚੋਂ ਕਿਉਂ ਦੇਵਾਂਗੇ? ਇਹ 55 ਲੱਖ ਉਹਨਾਂ ਤੋਂ ਵਸੂਲਣਾ ਚਾਹੀਦਾ ਜਿਨ੍ਹਾਂ ਨੇ ਬਿਨਾਂ ਕਿਸੇ ਕਾਰਨ ਤੋਂ ਇੱਥੇ ਰੱਖਿਆ ਉਹਨਾਂ ਨੂੰ। ਤਾਂ ਜੇਲ੍ਹ ਮੰਤਰੀ ਸਾਹਿਬ ਕਹਿੰਦੇ ਵੀ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਹੁੰਦਾ। 2021 'ਚੋਂ ਚਿੱਠੀ ਲਿਖ ਰਹੇ ਨੇ ਵੀ ਪਾਰਟੀ ਦੀ ਬਹੁਤ ਕਿਰਕਰੀ ਹੋ ਰਹੀ ਹੈ, ਮੂਹਰੇ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ, ਮੀਡੀਆ ਸਵਾਲ ਪੁੱਛਦਾ, ਮੈਂ ਕੀ ਜਵਾਬ ਦੇਵਾਂ? ਮੈਨੂੰ ਤਾਂ ਤੁਸੀਂ ਦੱਸਦੇ ਨਹੀਂ ਹੈਗੇ ਕਿ ਤੁਸੀਂ ਲਿਆ ਕੇ ਉਹਨੂੰ ਰੱਖਿਆ ਅੰਸਾਰੀ ਨੂੰ। ਇਹ ਚਿੱਠੀ ਹੈ ਨਾ, ਮੈਂ ਲਿਖੀ ਹੈ ਚਿੱਠੀ, ਸੁਖਜਿੰਦਰ ਦਾ ਬਿੱਲ ਲਿਖੀ ਹੈ। ਇਹਦਾ ਮਤਲਬ ਜੇਲ੍ਹ ਮੰਤਰੀ ਕਹਿ ਰਿਹਾ ਸੀ ਤੁਸੀਂ ਗ੍ਰਹਿ ਮੰਤਰੀ ਹੋ, ਮੈਨੂੰ ਤਾਂ ਦੱਸ ਦਿਆ ਕਰੋ। ਅਤੇ ਗ੍ਰਹਿ ਮੰਤਰੀ ਕੌਣ? ਮੁੱਖ ਮੰਤਰੀ ਕੈਪਟਨ ਸਾਹਿਬ। ਕੈਪਟਨ ਸਾਹਿਬ ਕਹਿੰਦੇ ਮੈਂ ਜ਼ਿੰਦਗੀ 'ਚ ਕਦੇ ਮਿਲਿਆ ਨਹੀਂ। ਅੱਛਾ, ਮੈਨੂੰ ਕਹਿੰਦੇ ਤੁਹਾਨੂੰ ਸਰਕਾਰ ਨਹੀਂ ਚਲਾਉਣੀ ਹੁੰਦੀ, ਐਂ ਸਰਕਾਰਾਂ ਚੱਲਦੀਆਂ ਹੁੰਦੀਆਂ ਫਿਰ ਜਿਹੜੀਆਂ ਇਹਨਾਂ ਦੀਆਂ। ਨਾ ਮੁੱਖ ਮੰਤਰੀ ਨੂੰ ਪਤਾ ਕੌਣ ਹੈ, ਨਾ ਜੇਲ੍ਹ ਮੰਤਰੀ ਨੂੰ ਪਤਾ ਕੌਣ ਹੈ, ਕੋਈ ਵੀ ਆਈ ਗਿਆ ਜੇਲ੍ਹ 'ਚ, ਕੋਈ ਵੀ ਜਾਈ ਗਿਆ, ਠੀਕ ਹੈ ਨਾ। ਇਹ ਇਸ ਕਰਕੇ ਰਿਕਵਰੀ 55 ਲੱਖ ਦੀ ਹੋਊਗੀ। ਰੰਧਾਵਾ ਸਾਹਿਬ, ਕੈਪਟਨ ਸਾਹਿਬ, ਇਹ ਗੱਲ ਮੇਕ ਸ਼ੋਰ ਕਰ ਦੇਣਾ ਮੈਂ ਤੁਹਾਨੂੰ। ਉਹ ਕਹਿੰਦੇ ਜਦੋਂ ਹਜੇ ਪੇਮੈਂਟ ਹੋਈ ਹੋਈ ਨਹੀਂ ਫਿਰ ਰਿਕਵਰੀ ਕਾਹਦੀ? ਮੈਂ ਉਹੀ ਤਾਂ ਕਹਿਣਾ ਕਿ ਅਸੀਂ ਪੇਮੈਂਟ ਕਰਨੀ ਤੁਹਾਡੇ ਥਰੂ ਹੈ, ਅਸੀਂ ਕਿਉਂ ਕਰੀਏ? ਜੇ ਦੇਣੀ ਵੀ ਪੈ ਗਈ ਖਜ਼ਾਨੇ 'ਚੋਂ, ਰਿਕਵਰੀ ਤਾਂ ਫਿਰ ਇਹਨਾਂ ਤੋਂ ਹੀ ਹੋਊਗੀ। ਹਾਂਜੀ, ਰਣਿੰਦਰ ਦਾ ਰੋਲ ਵੀ ਐਕਸਪੋਜ਼ ਕਰੋਗੇ? ਪੁੱਛ ਲੈਣ ਕੈਪਟਨ ਸਾਹਿਬ, ਨਹੀਂ ਕੈਪਟਨ ਸਾਹਿਬ ਪੁੱਛ। ਅੱਛਾ, ਮੈਨੂੰ ਜਵਾਬ ਦੇਣ ਦਿਓ। ਫਿਰ ਕੱਲ੍ਹ ਉਹ ਮੈਂ ਸੁਣ ਦੇਖਿਆ ਵੀ ਜਦੋਂ ਕੋਈ ਪਹਿਲਵਾਨ ਹਾਰ ਜੇ ਨਾ ਫਿਰ ਉਹ ਥੱਪੜੋ ਥੱਪੜੀ 'ਤੇ ਆ ਜਾਂਦਾ, ਫਿਰ ਉਹ ਗਾਲੋ ਗਾਲੀ 'ਤੇ ਆ ਜਾਂਦਾ। ਉਹ ਗੱਲ ਇਹਨਾਂ ਦੀ ਹੋਈ ਹੋਈ ਆ, ਗੱਲ ਇਹਨਾਂ ਨੂੰ ਕੋਈ ਆਉਂਦੀ ਨਹੀਂ, ਠੀਕ ਹੈ ਨਾ। ਮੈਨੂੰ ਨੋਟਿਸ ਜਾਰੀ ਕਰੋ, ਮੈਂ ਇੱਕ ਵਾਲੀ ਫਲਾਈਟ ਫੜੂੰ, ਮੈਂ 3 ਵਾਲੀ ਫੜੂੰ, ਸਾਰੇ ਨੋਟਿਸ ਵੀ ਆ ਜਾਣਗੇ, ਠੀਕ ਹੈ ਨਾ। ਹਜੇ ਇਕੱਲੇ ਇਹ ਨਹੀਂ ਖੁਲਾਸੇ, ਇਹ ਤਾਂ ਹਜੇ ਬਹੁਤ ਘੱਟ ਨੇ। ਜੋ ਸਮਾਨ ਇਹਨਾਂ ਦਾ ਪਿਆ ਨਾ, ਹੌਲੀ 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 ਕਾਨੂੰਨ ਦੇ ਪ੍ਰੋਸੈਸ 'ਚ ਆਊਗਾ, ਅਤੇ ਨਾਲ ਇਹ ਵੀ ਪੁੱਛ ਲਾਂਗੇ ਤੁਹਾਡੇ ਸਾਹਮਣੇ, ਅਸੀਂ ਜਾਂਚ ਕਰਵਾਵਾਂਗੇ। ਰੋਪੜ ਜ਼ਿਲ੍ਹੇ ਦੇ ਵਿੱਚ ਹੀ ਆ ਚਲਾ ਦਿਓ, ਰੋਪੜ ਜ਼ਿਲ੍ਹੇ ਦੇ ਵਿੱਚ ਹੀ ਅੰਸਾਰੀ ਦੇ ਬੇਟੇ ਅਤੇ ਅੰਸਾਰੀ ਦੇ ਭਤੀਜੇ ਦੇ ਨਾਂ 'ਤੇ ਵਕਫ ਬੋਰਡ ਦੀ ਜ਼ਮੀਨ ਹੈ। ਖਤਮ। ਹਾਂਜੀ, ਅਬਾਸ ਅੰਸਾਰੀ ਉਹਦਾ ਨਾਂ। ਹਾਂਜੀ, ਮੇਰੇ ਕੋਲ ਰਿਕਾਰਡ ਪਿਆ। ਹਾਂਜੀ, ਇਹ ਇਹਨਾਂ ਨੂੰ ਇਹ ਲੱਗਦਾ ਕਿ ਅਸੀਂ ਵੈਸੇ ਹੀ ਅਸੀਂ ਪੰਜਾਬ ਨਾਲ ਦਿਲੋਂ ਜੁੜੇ ਹੋਏ ਹਾਂ, ਅਸੀਂ ਕੋਈ
ਜਮੀਨ ਖੜੋ ਤਾਂ ਸਹੀ, ਜਮੀਨ ਸਾਰੀ ਦੱਸ ਦਿਆਂਗੇ। ਆ ਲਓ ਜੀ ਆਹ ਮੀਡੀਆ 'ਚ, ਇਹਦੇ 'ਚ ਹੈ ਆਵਾਸ ਅੰਸਾਰੀ ਐਂਡ ਸ਼੍ਰੀ ਉਮਰ ਅੰਸਾਰੀ। ਕਿੱਥੋਂ ਦੀ ਹੈ ਜੀ? ਇਹ ਰੋਪੜ ਦੀ, ਰੋਪੜ ਦੀ ਜ਼ਮੀਨ ਹੈ ਜੀ। ਆਹ ਸਾਰਾ ਜਿਹੜਾ ਵਕਫ ਬੋਰਡ ਦੀ ਜ਼ਮੀਨ ਹੈ, ਆਵਾਸ ਅੰਸਾਰੀ ਅਤੇ ਉਮਰ ਅੰਸਾਰੀ। ਇੱਕ ਭਤੀਜਾ ਇੱਕ ਬੇਟਾ, ਬਾਕੀ ਇਹ ਤਾਂ ਪਤਾ ਹੋਊ ਇਹਨਾਂ ਨੂੰ, ਰਣਿੰਦਰ ਨੂੰ ਪਤਾ ਹੋਊ ਕੌਣ ਕੌਣ ਨੇ। ਠੀਕ ਹੈ ਜੀ, ਇਹ ਇਸ ਤਰ੍ਹਾਂ ਪੰਜਾਬ ਨੂੰ ਲੁੱਟਦੇ ਰਹੇ ਹੈ। ਕੈਪਟਨ ਸਾਹਿਬ ਕਹਿੰਦੇ ਮੈਂ ਮਿਲੇ ਨਹੀਂ, ਇਹਦਾ ਮਤਲਬ ਤੁਸੀਂ, ਤੁਹਾਡਾ ਬੇਟਾ ਐਂ ਲਟਾਈ ਗਿਆ ਫਿਰ, ਕਿ ਜੇ ਤੈਨੂੰ ਮੁੱਖ ਮੰਤਰੀ ਬਣਾ ਤਾ ਸਾਡ। ਉਹ ਕਹਿੰਦੇ ਸਾਢੇ 9 ਸਾਲ ਮੁੱਖ ਮੰਤਰੀ ਰਹੇ, ਭਗਵੰਤ ਮਾਨ 1.5 ਸਾਲ ਹੋਇਆ, ਜਿੰਨਾ 9.5 ਸਾਲ 'ਚ ਗਏ ਸੀ ਉਹਨਾਂ ਨੇ, ਮੈਂ 4 ਦਿਨਾਂ ਚਲਾ ਜਾਂਦਾ ਪੰਜਾਬ 'ਚ। ਇਹੋ ਜਿਹੇ ਤਜਰਬੇ ਦਾ ਕੀ ਕਰੀਏ ਵੀ ਅਸੀਂ? ਮੇਰੇ ਨਾਲ 3 ਸਾਲ MP ਰਹੇ ਨੇ ਕੈਪਟਨ ਸਾਹਿਬ, 2014 ਤੋਂ 2017 ਤੱਕ। ਉਹ ਅੰਮ੍ਰਿਤਸਰ ਤੋਂ MP ਸੀ, ਮੈਂ ਸੰਗਰੂਰ ਤੋਂ। ਮੇਰੀ ਹਾਜ਼ਰੀ 90% ਤੋਂ ਉੱਪਰ ਸੀ, ਅਤੇ ਕੈਪਟਨ ਸਾਹਿਬ ਦੀ ਹਾਜ਼ਰੀ ਕਿੰਨੀ ਸੀ? ਜਿਹੜੇ ਕਹਿੰਦੇ ਅਸੀਂ ਤਜਰਬੇਕਾਰ ਹੁੰਦੇ ਹਾਂ, 6% ਲੋਐਸਟ ਇਨ ਇੰਡੀਆ। 6% ਹਾਜ਼ਰੀ ਸੀ, ਜਿੱਥੇ ਚੁਣੇ ਜਾਂਦੇ ਨੇ ਉੱਥੇ ਜਾਂਦੇ ਨਹੀਂ। MP ਚੁਣੇ ਗਏ, ਪਾਰਲੀਮੈਂਟ 'ਚ ਨਹੀਂ ਗਏ। MLA ਚੁਣੇ ਗਏ, ਵਿਧਾਨ ਸਭਾ 'ਚ ਨਹੀਂ ਗਏ। ਮੁੱਖ ਮੰਤਰੀ ਚੁਣੇ ਗਏ, ਸੈਕਟਰੀਏਟ 'ਚ ਨਹੀਂ ਆਏ, ਪੰਜਾਬ 'ਚ ਨਹੀਂ ਗਏ। ਇਹ ਕਾਹਦਾ ਤਜਰਬਾ ਬਈ ਫਿਰ? ਇਹੋ ਜਿਹੇ ਤਜਰਬੇ ਤੋਂ ਰੱਬ ਹੀ ਬਚਾਵੇ। ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ, ਨੈਵਰ ਮਿਸ ਐਨ ਅਪਡੇਟ।